ਅਸੀਂ ਹਾਂ ਸ਼੍ਰੀ ਹਰਗੋਬਿੰਦਪੁਰ ਦੇ ਢਾਏ ਦੇ ਪਿੰਡਾਂ ਦੇ ਵਿੱਚ ਜਿੱਥੇ ਅੱਜ ਮਿੱਟੀ ਪੁੱਟਦਿਆਂ ਇੱਕ ਹਾਦਸਾ ਵਾਪਰ ਗਿਆ ਹਾਦਸਾ ਵਾਪਰ ਗਿਆ ਇਸੇ ਜਗ੍ਹਾ ਤੇ ਹੀ ਜੋ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਨੇ ਕੁਲਦੀਪ ਸਿੰਘ ਜਿਨ੍ਹਾਂ ਦੀ ਇਹ ਪੈਲੀ ਹੈ ਉਹ ਮਿੱਟੀ ਪੁੱਟ ਰਹੇ ਸਨ ਜਦੋਂ ਮਿੱਟੀ ਪੁੱਟ ਰਹੇ ਸਨ ਤਾਂ ਇਹ ਜੋ ਮਿੱਟੀ ਹੈ ਇਸ ਦੀ ਢਿਗ ਢਿਗ ਪੈਂਦੀ ਹੈ ਔਰ ਢਿਗ ਢਿਗਣ ਕਰਕੇ ਇੱਕ ਜੋ ਡਰਾਈਵਰ ਸੀ ਗੁਰਜੀਤ ਸਿੰਘ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਜ਼ਖਮੀ ਨੂੰ ਕੱਢਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਤਾ ਮੌਕੇ ਤੇ ਆਏ ਡੀਐਸਪੀ ਰਜੇਸ਼ ਕੱਕੜ ਨੇ ਜਾਣਕਾਰੀ ਦਿੱਤੀ ਕਿ ਜੋ ਸਾਬਕਾ ਸਰਪੰਚ ਹੈ ਮਾਈਨਿੰਗ ਵਿਭਾਗ ਵੱਲੋਂ ਉਸ ਨੂੰ ਆਪਣੀ ਪੈਲੀ ਦੇ ਵਿੱਚੋਂ ਮਿੱਟੀ ਪੁੱਟਣ ਦੀ ਪਰਮਿਸ਼ਨ ਉਸ ਕੋਲ ਹੈ ਲੇਕਿਨ ਉਹ ਜੀਸੀਬੀ ਜਾਂ ਫਿਰ ਟ੍ਰੈਪਰ ਦਾ ਇਸਤੇਮਾਲ ਕਰ ਸਕਦਾ ਹੈ ਕਿ ਨਹੀਂ ਉਹ ਮਾਈਨਿੰਗ ਵਿਭਾਗ ਆ ਕੇ ਉਹਨਾਂ ਨੂੰ ਰਿਪੋਰਟ ਦੇਣਗੇ ਲੇਕਿਨ ਦੂਸਰੇ ਪਾਸੇ ਪੁਲਿਸ ਦੇ ਡੀਐਸਪੀ ਦਾ ਕਹਿਣਾ ਹੈ ਕਿ ਜੋ ਵਿਅਕਤੀ ਮਰਿਆ ਹੈ ਉਸ ਦੀ ਔਰ ਕੀ ਅਗਲੀ ਕਾਰਵਾਈ ਜੋ ਹੈ ਮਾਇੰਗੀ ਵਿਭਾਗ ਕੀ ਦੱਸਦਾ ਜੋ ਰਿਪੋਰਟ ਦੇਗਾ ਉਸ ਹਿਸਾਬ ਦੇ ਨਾਲ ਕਾਰਵਾਈ ਜ਼ਰੂਰ ਕੀਤੀ ਜਾਏਗੀ ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ ਏਟਿੰਗ ਪੰਜਾਬ ਲਈ ਰਿੱਤੇ ਲੋਥਰਾ ਸ਼੍ਰੀ ਹਰਗਵਿੰਦਪੁਰ ਉਹ ਡਰਾਈਵਿੰਗ ਕਰਦੇ ਸੀਗੇ ਬਾਜੀ ਮੈਨੂੰ ਪੂਰਾ ਮੈਨੂੰ ਵੀ ਨਹੀਂ ਪਤਾ ਹੈਗਾ ਮੈਂ ਤੇ ਨਗਰ ਕੀਰਤਨ ਤੇ ਗਈ ਸੀ ਥੋੜੀ देर ਬਾਅਦ ਮੈਂ ਆ ਗਈ ਤੇ ਉਹ ਮੈਂ ਉਹਨਾਂ ਦੇ ਫੋਨ ਤੇ ਫੋਨ ਲਾਇਆ ਕਿਸੇ ਮੁੰਡੇ ਕੋਲ ਸੀ ਫੋਨ ਉਹ ਕਹਿੰਦੇ ਕਿ ਅਮਰਜੈਂਸੀ ਵਿੱਚ ਖੜਿਆ ਉਹਨਾਂ ਦੇ ਸੱਟ ਲੱਗ ਗਈ ਮੈਨੂੰ ਸੱਟ ਦੱਸਿਆ ਫੇਰ ਮੈਂ ਫੋਨ ਕੀਤਾ ਉਹ ਕਹਿੰਦੇ ਉਹਨਾਂ ਤੇ ਨਾ ਮਿੱਟੀ ਡਿੱਗ ਗਈ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ। ਕਦੋਂ ਤੂੰ ਏ ਡੀਸੀ ਵੀ ਦੀ ਟ੍ਰੈਵਲ ਤੇ ਆਪਸ? ਉਹ ਟਿੱਪਰ ਚਲਉਂਦੇ ਜਿਵੇਂ। ਉਹ ਛਿੱਟਪਰ ਚਲਉਂਦੇ। ਹਾਂਜੀ। ਬਾਜੀ ਕਾਫੀ ਢੇਰ ਦੇ ਚਲਉਂਦੇ ਆ। ਕੀ ਕਹਿੰਦੇ ਪਰਿਵਾਰ ਚ ਕੌਣ ਗਾਉਂਦਾ? ਬਾਜੀ ਮੈਂ ਸਾਰਿਆਂ ਤੋਂ ਵੱਡੀ ਆ ਤਿੰਨ ਬ੍ਰਦਰ ਮੇਰੀ ਛੋਟੀ ਜੀ ਬੇਟੀ ਆ। ਨਹੀਂ ਕੋਈ ਕੋਈ ਇਹ ਗੁੜੀਆ ਲੱਗ ਤਿੰਨ ਸਾਲ ਅਜੇ ਫਰਵਰੀ ਨਾ ਤਿੰਨ ਸਾਲ ਦੀ ਹੋਣੀ ਪਾਜੀ ਉਹ ਕੰਪਲੀਟ ਦੱਸਿਆ ਕੋਈ ਨਾ ਅਜੇ ਕੁਛ ਨਹੀਂ ਦੱਸਿਆ ਪਾਜੀ ਮੈਨੂੰ ਕੁਛ ਨਹੀਂ ਦੱਸਿਆ ਕਦੇ ਕਿਸੇ ਨੂੰ ਕੁਛ ਨਹੀਂ ਪਤਾ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਆਏ ਆ ਪਤਾ ਲੱਗਾ ਕਿ ਇੱਕ ਸਾਬਕਾ ਸਰਪੰਚ ਕੁਲਦੀਪ ਸਿੰਘ ਹੈ ਮਾਰੀ ਪਨਵਾ ਦੇ ਰਹਿਣ ਵਾਲੇ ਹੈ ਉਹ ਉਹਨਾਂ ਕੋ ਆਪਣੀ ਪਹਿਲੀ ਜਿਹੜੀ ਉਹਦੇ ਵਿੱਚੋਂ ਮਿੱਟੀ ਨੂੰ ਡਿਗ ਕਰਨ ਦੀ ਪਰਮਿਸ਼ਨ ਸੀ ਉਹ ਆਪਣੀ ਮਿੱਟੀ ਨੂੰ ਡਿਗ ਕਰ ਰਿਹਾ ਸੀ ਤੇ ਉਹਨਾਂ ਦਾ ਕੋਈ ਟਿੱਪਰ ਦਾ ਡਰਾਈਵਰ ਆ ਉਹ ਮਿੱਟੀ ਥੱਲੇ ਆ ਕੇ ਜਦੋਂ ਉਹਨੂੰ ਵੀ ਉਹਨੂੰ ਪ੍ਰੋਬਲਮ ਆਈ ਉਹਨੂੰ ਕਿਤੇ ਉੱਥੋਂ ਲੈ ਗਏ ਨੇ ਪਤਾ ਲੱਗਾ ਕਿ ਡੈਥ ਹੋ ਗਈ ਸਟੂ ਸਭ ਉਧਰ ਗਏ ਨੇ ਕਾਰਵਾਈ ਕਰਨਗੇ ਉਹਦੀ ਤੇ ਜਿਹੜੀ ਇਹ ਗੱਲ ਮਾਈਨਿੰਗ ਵਾਲੀ ਹੈ ਜਾਂ ਉਹਦੀ ਕੋਈ ਮਸ਼ੀਨ ਯੂਜ਼ ਕਰਨ ਦੀ ਗੱਲ ਹੈ ਉਸ ਬਾਬਤ ਪਤਾ ਲੱਗਾ ਉਸ ਬਾਬਤ ਮਾਈਨਿੰਗ ਦਾ ਸਰ ਆ ਰਹੀ ਨੇ ਮੌਕੇ ਤੇ ਉਹ ਆ ਜੀ ਟੈਕਨਲਟੀ ਨੂੰ ਚੈੱਕ ਕਰਨਗੇ ਜੇ ਉਹ ਕੋਈ ਟੈਕਨੋਲੋਜੀ ਕੋ ਫਾਲਟ ਹੋਏਗਾ ਜ਼ਰੂਰ ਉਹ ਮਤਲਬ ਕਾਰਕੁਨੀਕਾਰ ਕਰਾਂਗੇ ਅਸੀਂ ਹਾਂ ਸ਼੍ਰੀ ਹਰਗੋਬਿੰਦਪੁਰ ਦੇ ਟਾਏ ਦੇ ਪਿੰਡਾਂ ਦੇ ਵਿੱਚ ਜਿੱਥੇ ਅੱਜ ਮਿੱਟੀ ਪੁੱਟਦਿਆਂ ਇੱਕ ਹਾਦਸਾ ਵਾਪਰ ਗਿਆ ਹਾਦਸਾ ਵਾਪਰ ਗਿਆ ਇਸੇ ਜਗ੍ਹਾ ਤੇ ਹੀ ਜੋ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਨੇ ਕੁਲਦੀਪ ਸਿੰਘ ਜਿੰਨਾਂ ਦੀ ਇਹ ਪੈਲੀ ਹੈ ਉਹ ਮਿੱਟੀ ਪੁੱਟ ਰਹੇ ਸਨ ਜਦੋਂ ਮਿੱਟੀ ਪੁੱਟ ਰਹੇ ਸਨ ਤਾਂ ਇਹ ਜੋ ਮਿੱਟੀ ਹੈ ਇਸ ਦੀ ਢਿਗ ਢਿਗ ਪੈਂਦੀ ਹੈ ਔਰ ਢਿਗ ਢਿਗਣ ਕਰਕੇ ਇੱਕ ਜੋ ਡਰਾਈਵਰ ਸੀ ਗੁਰਜੀਤ ਸਿੰਘ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਜ਼ਖਮੀ ਨੂੰ ਕੱਢਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਤਾ ਮੌਕੇ ਤੇ ਆਏ ਡੀਐਸਪੀ ਰਜੇਸ਼ ਕੱਕੜ ਨੇ ਜਾਣਕਾਰੀ ਦਿੱਤੀ ਕਿ ਜੋ ਸਾਬਕਾ ਸਰਪੰਚ ਹੈ ਮਾਈਨਿੰਗ ਵਿਭਾਗ ਵੱਲੋਂ ਉਸ ਨੂੰ ਆਪਣੀ ਪੈੜੀ ਦੇ ਵਿੱਚੋਂ ਮਿੱਟੀ ਪੁੱਟਣ ਦੀ ਪਰਮਿਸ਼ਨ ਉਸ ਕੋਲ ਹੈ ਲੇਕਿਨ ਉਹ ਜੀਸੀਬੀ ਯਹਾਂ ਪੇ ਟ੍ਰਪਰਾ ਦਾ ਇਸਤੇਮਾਲ ਕਰ ਸਕਦਾ ਹੈ ਕਿ ਨਹੀਂ ਉਹ ਮਾਈਨਿੰਗ ਵਿਭਾਗ ਆ ਕੇ ਉਹਨਾਂ ਨੂੰ ਰਿਪੋਰਟ ਦੇਣਗੇ ਲੇਕਿਨ ਦੂਸਰੇ ਪਾਸੇ ਪੁਲਿਸ ਦੇ ਡੀਐਸਪੀ ਦਾ ਕਹਿਣਾ ਹੈ ਕਿ ਜੋ ਵਿਅਕਤੀ ਮਰਿਆ ਹੈ ਉਸ ਦੀ ਔਰ ਕੀ ਅਗਲੀ ਕਾਰਵਾਈ ਜੋ ਹੈ ਮਾਈਨਿੰਗ ਵਿਭਾਗ ਕੀ ਦੱਸਦਾ ਹੈ ਜੋ ਰਿਪੋਰਟ ਦੇਗਾ ਉਸ ਹਿਸਾਬ ਦੇ ਨਾਲ ਕਾਰਵਾਈ ضرور ਕੀਤੀ ਜਾਏਗੀ ਕੈਮਰਾਮੈਨ ਬੰਟੀ ਨਾਲ ਨਿਊਜ਼ 8 ਪੰਜਾਬ ਲਈ ਰਿੱਤੇ ਲੋਥਰਾ ਸ਼੍ਰੀ ਹਰਗਵਿੰਦਪੁਰ ਉਹ ਡਰਾਈਵਿੰਗ ਕਰਦੇ ਸੀਗੇ ਬਾਜੀ ਮੈਨੂੰ ਪੂਰਾ ਮੈਨੂੰ ਵੀ ਨਹੀਂ ਪਤਾ ਹੈਗਾ ਮੈਂ ਤੇ ਨਗਰ ਕੀਰਤਨ ਤੇ ਗਈ ਸੀ ਥੋੜੀ देर ਬਾਅਦ ਮੈਂ ਆ ਗਈ ਤੇ ਉਹ ਮੈਂ ਉਹਨਾਂ ਦੇ ਫੋਨ ਤੇ ਫੋਨ ਲਾਇਆ ਕਿਸੇ ਮੁੰਡੇ ਕੋਲ ਸੀ ਫੋਨ ਉਹ ਕਹਿੰਦੇ ਕਿ ਅਮਰਜੈਂਸੀ ਵਿੱਚ ਖੜਿਆ ਉਹਨਾਂ ਦੇ ਸੱਟ ਲੱਗ ਗਈ ਮੈਨੂੰ ਸੱਟ ਦੱਸਿਆ ਫੇਰ ਮੈਂ ਫੋਨ ਕੀਤਾ ਤੇ ਉਹ ਕਹਿੰਦੇ ਉਹਨਾਂ ਤੇ ਤਾਂ ਮਿੱਟੀ ਡਿੱਗ ਗਈ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਦੋਂ ਤੋਂ ਇਹ ਜੈਸੀ ਵੀ ਟ੍ਰੈਵਲ ਹੋ ਗਿਆ ਆਪਸ ਉਹ ਟਿੱਪਰ ਜਲ ਹੁੰਦੇ ਨੇ ਜੈਸੀ ਉਹ ਛਿੱਟਪਰ ਚਲੋਂ ਹਾਂਜੀ ਬਾਜੀ ਕਾਫੀ ਢੇਰ ਦੇ ਚਲੋਂਦੇ ਆ ਕਿੰਨੇ ਪਰਿਵਾਰ ਚ ਕੌਣ ਕੌਣ ਆ ਬਾਜੀ ਮੈਂ ਸਾਰਿਆਂ ਤੋਂ ਵੱਡੀ ਆ ਤਿੰਨ ਬ੍ਰਦਰ ਮੇਰੀ ਛੋਟੀ ਜੀ ਬੇਟੀ ਆ ਦੋ ਚੰਦੂ ਨਹੀਂ ਕੋਈ ਕੋਈ ਇਹ ਦੋ ਕੁੜੀਆਂ ਲੱਗਦੇ ਨੇ 3 ਸਾਲ ਅਜੇ ਫਰਵਰੀ ਨਾ 3 ਸਾਲ ਦੀ ਹੋਣੀ ਬਾਜੀ ਉਹ ਕੀ ਦੱਸਿਆ ਕੋਈ ਕੁਝ ਨਹੀਂ ਦੱਸਿਆ ਭਾਜੀ ਭਾਜੀ ਮੈਨੂੰ ਕੁਝ ਨਹੀਂ ਦੱਸਿਆ ਕਦੇ ਕਿਸੇ ਨੂੰ ਕੁਝ ਨਹੀਂ ਪਤਾ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਆਏ ਆ ਪਤਾ ਲੱਗਾ ਕਿ ਇੱਕ ਸਾਬਕਾ ਸਰਪੰਚ ਕੁਲਦੀਪ ਸਿੰਘ ਹੈ ਮਾਰੀਪਨਵਾ ਦੇ ਰਹਿਣ ਵਾਲੇ ਹੈ ਉਹ ਉਹਨਾਂ ਕੋ ਆਪਣੀ ਪੈਲੀ ਜਿਹੜੀ ਉਹਦੇ ਵਿੱਚੋਂ ਮਿੱਟੀ ਨੂੰ ਡਿਗ ਕਰਨ ਦੀ ਪਰਮਿਸ਼ਨ ਸੀ ਉਹ ਆਪਣੀ ਮਿੱਟੀ ਨੂੰ ਡਿਗ ਕਰ ਰਿਹਾ ਸੀ ਤੇ ਉਹਨਾਂ ਦਾ ਕੋਈ ਜੀ ਟਿੱਪਰ ਦਾ ਡਰਾਈਵਰ ਆ ਉਹ ਮਿੱਟੀ ਥੱਲੇ ਆ ਕੇ ਸ਼ਾਇਦ ਉਹਨੂੰ ਵੀ ਉਹਨੂੰ ਪ੍ਰੋਬਲਮ ਆਈ ਉਹਨੂੰ ਕਿਤੇ ਉੱਥੋਂ ਲੈ ਗਏ ਨੇ ਉਹ ਮੈ ਪਤਾ ਲੱਗਾ ਕਿ ਡੈਥ ਹੋ ਗਈ ਐ ਸਟੂ ਸਭ ਉਧਰ ਗਏ ਨੇ ਕਾਰਵਾਈ ਕਰਨਗੇ ਉਹਦੀ ਤੇ ਜਿਹੜੀ ਇਹ ਗੱਲ ਮਾਈਨਿੰਗ ਵਾਲੀ ਐ ਜਾਂ ਉਹਦੀ ਕੋਈ ਮਸ਼ੀਨ ਯੂਜ਼ ਕਰਨ ਦੀ ਗੱਲ ਐ ਉਸ ਬਾਬਤ ਪਤਾ ਲੱਗਾ ਉਸ ਬਾਬਤ ਮਾਈਨਿੰਗ ਦਾ ਸਰ ਆ ਰਹੇ ਨੇ ਮੌਕੇ ਤੇ ਉਹ ਆ ਜੀ ਟੈਕਨਲਟੀ ਨੂੰ ਚੈੱਕ ਕਰਨਗੇ ਜੇ ਉਹ ਕੋਈ ਟੈਕਨੋਲੋਜੀ ਕੋ ਫਾਲਟ ਹੋਏਗਾ ਜ਼ਰੂਰ ਉਹ ਮਤਲਬ ਕਾਰਕੁਨੀਕਾਰਾਂਗੇ